ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦਾ ਦਾਅਵਾ ਕਰਦੀ ਹੈ ਤੇ ਉਧਰ ਬਹੁਤ ਸਾਰੇ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਹ ਤਸਵੀਰਾਂ ਨੇ ਮਾਨਸਾ ਦੇ ਪਿੰਡ ਦੁੱਲੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਬਿਲਡਿੰਗ ਦੀਆਂ ਜੋ ਕਾਫੀ ਸਾਲ ਪੁਰਾਣੀ ਹੋਣ ਕਰਕੇ ਖਸਤਾ ਬਣ ਚੁੱਕੀ ਹੈ। ਪਿੰਡ ਵਾਸੀਆਂ ਅਨੁਸਾਰ ਉਹਨਾਂ ਨੇ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਬਿਲਡਿੰਗ ਦੀ ਖਸਤਾ ਹਾਲਤ ਬਾਰੇ ਕਾਫੀ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਿਖਿਆ ਜਾ ਚੁੱਕਿਆ ਹੈ, ਪਰ ਪ੍ਰਣਾਲਾ ਉੱਥੇ ਦਾ ਹੀ ਉੱਥੇ ਹੈ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਬੱਚਿਆਂ ਨੂੰ ਉਹ ਸਕੂਲ ਭੇਜਣ ਤੋਂ ਬਾਅਦ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਬਣਿਆ ਰਹਿੰਦਾ ਹੈ ਕਿ ਕਿਧਰੇ ਬੱਚਿਆਂ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ। ਸਾਡੀ ਸਕੂਲ ਦੀ ਛੱਤ ਡਿੱਗਣ ਵਾਲੀ ਆ, ਅਸੀਂ ਇਹਦੇ ਥੱਲੇ ਪੜ੍ਹਦੇ ਹਾਂ, ਵੀ ਸਾਨੂੰ ਡਰ ਹਰ ਵਕਤ ਡਰ ਲੱਗਦਾ ਹੈ। ਸਰ, ਅਸੀਂ ਤਾਂ ਇਹੀ ਕਹਿਣਾ ਚਾਹਾਂਗੇ, ਜੋ ਆਪਣੀ ਬਿਲਡਿੰਗ ਆਈ ਹੈ ਆਪਣੇ 1955 ਦੇ ਵਿੱਚ ਪੁਰਾਣੀ ਬਿਲਡਿੰਗ ਬਣੀ ਹੋਈ ਸੀ ਜੀ, ਉਹ ਹਜੇ ਉਹਨਾਂ ਦੀ ਹਾਲਤ ਹਜੇ ਠੀਕ ਪਈ ਹੈ, ਪਰ ਸਰਕਾਰ ਆ ਜੋ 50 ਸਾਲ ਬਾਅਦ ਅਨਸੁਰੱਖਿਅਤ ਬਿਲਡਿੰਗ ਐਲਾਨ ਦਿੰਦੀ ਹੈ। ਜੋ ਬਿਲਡਿੰਗ ਬਣੀ ਆ 2007-08 ਦੇ ਵਿੱਚ ਬਣੀ ਆ ਜੀ, ਜੋ ਦੇਖੋ ਆਪ ਬਿਲਡਿੰਗ ਨੂੰ ਦੇਖਿਆ ਤੁਸੀਂ ਜੀ, ਬੱਚਿਆਂ ਨੂੰ ਬੱਚਿਆਂ ਦੇ ਭਵਿੱਖ ਵਾਸਤੇ ਖਤਰਾ ਜੀ, ਸਾਡੇ ਬੱਚੇ ਮੌਤ ਨਾਲ ਜੂਝਦੇ ਹਨ, ਜਦੋਂ ਮਾਤਾ ਪਿਤਾ ਸਕੂਲ ਤੋੜਦੇ ਹਨ ਉਹਨਾਂ ਨੂੰ ਇਹੀ ਆ ਸਾਡਾ ਬੱਚਾ ਵਾਪਸ ਘਰ ਆਊਗਾ ਜਾਂ ਨਹੀਂ ਆਊਗਾ। ਇਸ ਕਰਕੇ ਜੀ ਟੀਚਰ ਨੇ ਬਹੁਤ ਵਾਰੀ ਲਿਖ ਕੇ ਦਿੱਤਾ ਸਰਕਾਰ ਨੂੰ ਵੀ ਸਾਡੀ ਬਿਲਡਿੰਗ ਆ ਜੋ ਖਸਤਾ ਕਿਤੇ ਬੱਚਿਆਂ ਦੇ ਉੱਤੇ ਨਾ ਡਿੱਗ ਪਵੇ, ਅਤੇ ਸਰਕਾਰ ਕੁੰਭਕਾਂ ਦੀ ਨਹੀਂ ਸੁੱਤੀ ਪਈ ਆ ਜੀ। ਸਾਡੇ ਪਿੰਡ ਦੀ ਹਾਲਤ ਸਕੂਲ ਦੀ ਬਹੁਤ ਮਾੜੀ ਆ ਜੀ, ਚਾਰ ਦੀਵਾਰੀ ਦੇਖ ਲਓ ਜੀ, ਜਦੋਂ ਇੱਧਰ ਪਾਣੀ ਉਹਦਾ ਨਾਲ ਛੱਪੜਾ ਜੀ, ਸਾਰਾ ਗੰਦਾ ਪਾਣੀ ਸਕੂਲ ਦੇ ਵਿੱਚ ਐਂਟਰ ਹੋ ਜਾਂਦਾ ਅਤੇ ਬੱਚੇ ਜੀ ਗੰਦੇ ਪਾਣੀ ਦੇ ਵਿੱਚ ਸਕੂਲ ਦੇ ਵਿੱਚੋਂ ਬਾਹਰ ਜਾਂਦਾ, ਇੰਨਾ ਸਕੂਲ ਦਾ ਲੈਵਲ ਨਹੀਂ ਮੈਂ ਜੀ। ਅਤੇ ਪੀਣ ਵਾਲੇ ਪਾਣੀ ਤੋਂ ਲੈ ਕੇ ਜੀ ਸਾਡੇ ਪਿੰਡ ਦਾ ਬਹੁਤ ਉਹ ਹੈ ਜੀ, ਸਕੂਲ ਦੀ ਜਿਹੜਾ ਬਿਲਡਿੰਗ ਆ ਸਾਡੀ, ਸਰਕਾਰ ਮੂਹਰੇ ਇਹੀ ਬੇਨਤੀ ਕਰਦੇ ਹਾਂ ਅਸੀਂ ਜੀ, ਸਾਡੀ ਬਿਲਡਿੰਗ ਨੂੰ ਸੁਧਾਰਿਆ ਜਾਵੇ, ਬਿਲਡਿੰਗ ਨਵੀਂ ਬਣਾਈਏ ਸਾਡੇ ਬੱਚਿਆਂ ਵਾਸਤੇ। ਜਿਹੜੀ ਸੱਟ ਹੈ ਬਿਲਡਿੰਗ ਦੀ, ਬਹੁਤ ਨਾਜ਼ੁਕ ਸਥਿਤੀ ਹੈ, ਕਿਸੇ ਟਾਈਮ ਵੀ ਬੱਚਿਆਂ ਨੂੰ ਦੱਬ ਸਕਦੀ ਹੈ। ਸਫਾਈ ਵੱਲ ਕੋਈ ਧਿਆਨ ਨਹੀਂ ਗਾ, ਕੋਈ ਵੀ ਕਰਮਚਾਰੀ, ਕੋਈ ਟੀਚਰ ਦੀ ਕੋਈ ਰਿਸਪੋਂਸੀਬਿਲਟੀ ਨਹੀਂ ਸਮਝਦੇ। ਬੱਚੇ ਸਾਡੇ ਕਦੋਂ ਵੀ ਮੌਤ ਨਾਲ ਜੂਝਦੇ ਨੇ, ਨਾ ਕੋਈ ਸਾਡੇ ਸਕੂਲ 'ਚ ਸਫਾਈ ਦਾ ਪ੍ਰਬੰਧ ਹੈ, ਬਾਕੀ ਤੁਸੀਂ ਦੇਖ ਵੀ ਰਹੇ ਹੋਵੋਗੇ। ਅਤੇ ਇਸ ਲਈ ਅਸੀਂ ਅੱਜ ਬੇਨਤੀ ਕਿ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੇ ਹਾਂ ਇਸ ਪ੍ਰਤੀ, ਪਰ ਪ੍ਰਸ਼ਾਸਨ ਨੇ ਸਾਨੂੰ ਕੋਈ ਭਰੋਸੇਯੋਗ ਕਾਰਵਾਈ ਨਹੀਂ ਕੀਤੀ, ਇਸ ਲਈ ਅਸੀਂ ਮੀਡੀਆ ਅੱਗੇ ਬੇਨਤੀ ਕਰਦੇ ਹਾਂ। ਸਾਰਾ ਸਕੂਲ ਜੀ ਖਸਤਾ ਹਾਲਤ ਦੇ ਵਿੱਚ ਹੈ, ਸਾਰੇ ਬੱਚਿਆਂ ਦਾ ਭਵਿੱਖ ਦਾ ਤੇ ਹੈ ਵੀ ਕੋਈ ਵੀ ਇਸੇ ਟਾਈਮ ਵੀ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਸੋ ਜ਼ਿਲ੍ਹਾ ਪ੍ਰਸ਼ਾਸਨ ਜਾਂ ਜੋ ਵੀ ਇਹਦੇ ਨਾਲ ਸੰਬੰਧਿਤ ਅਧਿਕਾਰੀ ਹੈ, ਜੋ ਵੀ ਮਤਲਬ ਸਿੱਖਿਆ ਵਿਭਾਗ ਨਾਲ ਸੰਬੰਧ ਰੱਖਦੇ ਆ, ਇਹਨਾਂ ਨੂੰ ਆ ਕੇ ਪਤਾ ਲੈਣਾ ਚਾਹੀਦਾ ਅਤੇ ਇਸ ਦੀ ਦਿਸ਼ਾ ਸੰਭਾਲਣੀ ਚਾਹੀਦੀ। ਹਾਂਜੀ, ਮੈਂ ਤਾਂ ਜੀ ਹੁਣੇ ਹੀ ਆਈ ਹਾਂ, ਅਜੇ ਮੈਨੂੰ ਮਹੀਨਾ ਹੀ ਹੋਇਆ ਜਸਟ, ਅਤੇ ਮੇਰੀ ਹੈੱਡ ਟੀਚਰ ਦੀ ਪੋਸਟ ਵੀ ਨਹੀਂ ਹੈਗੀ, ਅਤੇ ਮੈਂ ਤਾਂ ਇੰਚਾਰਜ ਹੀ ਹਾਂ ਜਸਟ। ਅਤੇ ਉਸ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਜਿਹੜੇ ਪਹਿਲਾਂ ਵਾਲੇ ਹੈੱਡ ਟੀਚਰ ਸੀ ਉਹਨਾਂ ਨੇ ਅਨਸੇਫ ਵਾਲੀ ਰਿਪੋਰਟ ਦਿੱਤੀ ਹੋਈ ਹੈ, ਅਤੇ ਮਹਿਕਮਾ ਇਸ ਬਾਰੇ ਛਾਨਬੀਨ ਕਰ ਵੀ ਰਿਹਾ। ਪਿੱਛੇ ਜੇ ਸਾਨੂੰ ਆਇਆ ਵੀ ਸੀ ਵੀ ਸਾਨੂੰ ਡਿਸਪੈਚ ਨੰਬਰ ਵਗੈਰਾ ਦੱਸੋ ਇਹਦਾ, ਅਤੇ ਉੱਪਰੋਂ ਕਾਰਵਾਈ ਹੋ ਰਹੀ ਹੈ।